ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸੀ ਤੁਹਾਡੇ ਆਪਣੇ ਆਪ ਦੇ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਆਪਾਂ ਸੁਆਗਤ ਕਰਦੇ ਹਾਂ ਜੀ ਅੱਗੇ ਆਪਣੇ ਚੈਨਲ ਦਾ ਕਰੋਜੀ ਹੈਲਪਲਾਈਨ ਨੰਬਰ ਨੋਟ ਸਕਰੀਨ ਤੇ ਦਿੱਤਾ ਵੀ ਹੋਇਆ 7814038764 ਜੇ ਤੁਹਾਡੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੋਠੀ ਮਕਾਨ ਵੇਚਣ ਵਾਸਤੇ ਹੈਗਾ ਜੀ ਐਡ ਤੁਸੀਂ ਕਰਾਉਣੀ ਆ ਤਾਂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਜੀ ਦੋ ਤਿੰਨ ਮਿੰਟ ਦੀ ਵੀਡੀਓ ਜਾਣਕਾਰੀ ਸਾਰੀ ਪੇਜ ਦਿਓ ਐਡ ਆਪਾਂ ਤੁਹਾਡੀ ਕਰ ਦਾਂਗੇ ਜੀ ਹੁਣ ਕਰਦੇ ਆਪਾਂ ਗੱਡੀਆਂ ਦੀ ਗੱਲ ਆਪਣੇ ਕੋਲੇ ਬਹੁਤ ਸਾਰੀਆਂ ਗੱਡੀਆਂ ਪਹੁੰਚੇ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੀ Swift Dzire LDI 13 ਮਾਡਲ ਗੱਡੀ ਹੈ ਗੁਰਦਾਸਪੁਰ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਹੈ ਜੀ ਨਵੇਂ ਟੈਰਾ ਚ 310000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜਿਆ ਜੀ ਪੰਜਾਬ ਨੰਬਰ ਹੈ ਗੱਡੀ ਤੇ ਗੱਡੀ ਦਾ ਜਿੰਨਾ ਕਲਰ ਹੈ ਸਾਰਾ ਪੂਰਾ ਜੈਨੂਇਨ ਹੈ ਜੀ ਤੇ ਕਿਸੇ ਕੋਲੋਂ ਐਕਸੀਡੈਂਟ ਗੱਡੀ ਨਹੀਂ ਹੋਈ ਕਾਗਜ਼ ਪੱਤਰ ਸਾਰੇ ਕੰਪਲੀਟ ਤੁਹਾਨੂੰ ਮਿਲਣਗੇ ਅੰਦਰੋਂ ਗੱਲ ਕਰੀਏ ਤਾਂ ਗੱਡੀ ਦੇ ਸਾਰੇ ਸੀਟ ਕਵਰ ਪੂਰੇ ਵਧੀਆ ਨੇ ਮੈਟਿੰਗ ਵਧੀਆ ਪਈ ਹੈ ਨਾ ਕੋਈ ਗੜੀਸੜੀ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਜੀ ਗੁਰਦਾਸਪੁਰ ਖੜੀਏ ਕਿਸੇ ਵੀ ਨੂੰ ਪਸੰਦ ਆਈ ਉਹ ਵਾ ਕੇ ਦੇਖ ਸਕਦੇ ਹੋ ਤੇ ਮਾਲਕ ਦਾ ਨੰਬਰ ਸਕਰੀਨ ਤੇ ਆ ਜੀ ਨੋਟ ਕਰੋ ਨੰਬਰ ਹੈ ਜੀ 98783 337415 ਜੀ ਤੇ ਅਗਲੀ ਆਪਾਂ ਬੈਂ ਲੈ ਕੇ ਆ ਤੁਹਾਡੇ ਵਾਸਤੇ ਆਪਣੇ ਕੋਲ ਕਾਫੀ ਕਮੈਂਟ ਆਈ ਸੀਗੀ ਕਹਿੰਦੇ ਸੀਗੇ ਬੈਨ ਚਾਹੀਦੀ ਸਾਨੂੰ ਤੇ ਬੈਨ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਜੀ 16 ਮਾਡਲ ਹੈ ਡੇਡ ਲੱਖੇ ਦੀ ਕੀਮਤ ਹੈ ਤੇ ਬੈਨ ਹਾ ਸੰਗਰੂਰ ਏਰੀਆ ਚ ਖੜੀ ਹੈ ਤੇ ਅੰਦਰੋਂ ਵਧੀਆ ਪਈ ਹੈ ਬਾਡੀ ਲਾਈਨ ਵਧੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਚੱਲਦੀ ਵਧੀਆ ਜੀ ਪਾਸਿੰਗ ਪੁੱਸਿੰਗ ਕਾਗਜ਼ ਪੱਤਰ ਸੇ ਏ ਟੂ ਜ਼ेड ਸਾਰਾ ਕੁਝ ਤੁਹਾਨੂੰ ਮਿਲੂਗਾ ਜੀ ਸੰਗਰੂਰ ਗੱਡੀ ਖੜੀ ਆ ਹਾ ਡੇਡ ਲੱਖ ਕੀਮਤ ਹੈ ਤੇ ਬਾਕੀ ਜਾ ਕੇ ਦੇਖ ਲਿਓ ਕਿਸੇ ਮੇਰੇ ਭਰਾ ਨੂੰ ਆਹ ਪਸੰਦ ਆ ਇਹ ਵਖਰੀ ਦਣੀ ਹੋਵੇ ਚੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਅਜੀ ਨੋਟ ਕਰੋ 93 562 65118 ਤੇ ਅੱਗੇ ਆਪਣੇ ਕੋਲੇ ਪੌਨਸੀ ਅਜੀ ਗੱਡੀ ਗੱਡੀ ਸ਼ਾਇਦ ਆਹ ਵਰਨ ਹੈ 11 ਮਾਡਲ ਹੈ 225 ਮੰਗਿਆ ਚੀ ਆਹ ਹੋਰ ਏਰੀਆ ਚ ਗੱਡੀ ਖੜੀ ਆ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਚੀ ਗੱਡੀ ਪੂਰੀ ਵਧੀਆ ਕੋਈ ਐਕਸੀਡੈਂਟ ਕਿਸੇ ਪਾਸੋਂ ਨਹੀਂ ਹੋਈ ਚੀ ਟਾਇਰ ਵਧੀਆ ਪੈਨੇ ਗੱਡੀ ਵਧੀਆ ਤੇ ਗੱਡੀ ਨੋਨ ਐਕਸੀਡੈਂਟ ਹੈ ਨਾ ਕੋਈ ਗਲੀ ਸੜੀ ਹੈ ਨਾ ਕੋਈ ਕਿਸੇ ਪਾਸੇ ਡੈਮੇਜ ਹੈ 225 ਮਾਲਕ ਨੇ ਕੀਮਤ ਆਪਣੇ ਕੋਲੇ ਲਾ ਕੇ ਭੇਜੀ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰੋ ਨੰਬਰ ਹੈ ਜੀ 99154 ਤੇ 78 860 ਇਹਨਾਂ ਨੂੰ ਫੋਨ ਕਰੋ ਇਸ ਨੰਬਰ ਤੇ ਤੇ ਜਾ ਕੇ ਦੇਖੋ ਤੇ ਗੱਡੀ ਨੂੰ ਖਰੀਦੋ ਜੀ ਤੇ ਇੱਕ ਗੱਲ ਹੋਰ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜ ਦਿਓ ਜੀ ਵੇਚਣ ਵਾਸਤੇ ਐਡ ਕਰਾਉਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਹੈ ਜੀ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜ ਕਰੋ ਜਿਆਦਾ ਰੇਟ ਲਾ ਕੇ ਵੀਰੇ ਨਾ ਭੇਜ ਕਰੋ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਰੇਟ ਜਦੋਂ ਜਿਆਦਾ ਹੁੰਦਾ ਮਸ਼ੀਨਰੀ ਨਹੀਂ ਵਿਕਦੀ ਉਸ ਚੀਜ਼ ਦਾ ਵੀਰੇ ਕੋਈ ਹਸਾਰਾ ਵੀ ਨਹੀਂ ਹੁੰਦਾ ਤੇ ਆਪਾਂ ਹਰ ਤਰ੍ਹਾਂ ਦੀ ਐਡ ਕਰਦੇ ਆ ਜੇ ਤੁਹਾਡੇ ਕੋਲੇ ਕੋਠੀ ਹੈਗੀ ਆ ਤਾਂ ਕੋਠੀ ਪੇਚ ਸਕਦੋਂ ਮਕਾਨ ਹੈਗਾ ਤਾਂ ਮਕਾਨ ਵੀ ਪੇਚ ਸਕਦੋਂ ਹਰ ਤਰ੍ਹਾਂ ਦੀ ਆਪਾਂ ਐਡ ਕਰਦੇ ਆ ਜੀ ਜੋਸੀਂ ਭੇਜ ਦਿਆ ਕਰੂ ਤੇ ਇਹ ਤੁਹਾਡੀ ਬਹੁਤ ਜਲਦ ਚੈਨਲ ਤੇ ਲੱਗ ਜੂਗੀ ਤੇ ਬਹੁਤ ਜਲਦ ਤੁਹਾਡੀ ਜਿਹੜੀ ਮਸ਼ੀਨਰੀ ਹੈ ਜਾਂ ਕੋਠੀ ਹੈ ਉਹ ਘਰੇ ਬੈਠੇ ਹੀ ਸੇਲ ਹੋ ਜੂਗੀ ਜੀ ਤੇ ਅੱਗੇ ਆਪਾਂ ਹੁਣ ਕਰਾਂਗੇ ਗੱਡੀਆਂ ਦੀ ਗੱਲਬਾਤ ਆਪਣੇ ਕੋਲੇ ਆਲਟੋ LXI ਗੱਡੀ ਪਹੁੰਚੀ ਆ ਜੀ 8 ਮਾਡਲ ਗੱਡੀ ਹੈ 1,35,000 ਮਾਲਕ ਨੇ ਕੀਮਤ ਆਪਣੇ ਕੋਲੇ ਲਾ ਕੇ ਭੇਜੀ ਹੈ ਲੁਧਿਆਣੇ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਪੰਜਾ ਤੋਂ 55 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਹੈ ਮਾਲਕ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਝੀ ਕਿਸੇ ਵੀ ਨੂੰ ਆ ਗੱਡੀ ਪਸੰਦ ਆਈ ਉਹ ਬਿਚ ਤੇ ਮਾਲਕ ਕਹਿੰਦੇ ਸੀਗਾ ਰੇਟ ਹੈ ਜਿਹੜਾ ਮੌਕੇ ਤੇ ਕਰਾਂਗੇ ਘਾਟਾ-ਬਾਧ ਜ਼ਰੂਰ ਤੇ ਜਾ ਕੇ ਦੇਖ ਲਿਓ ਤੇ ਇਹ ਗੱਡੀ ਨੂੰ ਖਰੀਦ ਲਿਓ ਝੀ ਬੱਸ ਅੱਜ ਲਈ ਇਹਨੇ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਇਸੇ ਤਰ੍ਹਾਂ ਦੀ ਆਪਣੇ ਚੈਨਲ ਤੇ ਹਰ ਰੋਜ਼ ਵੀਡੀਓ ਆਉਂਦੀ ਰਹਿੰਦੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਾਣ ਤੋਂ ਪਹਿਲਾਂ ਜੀ